ਉੱਘੇ ਸਿੱਖ ਵਪਾਰੀ ਰਿਪਦਮਨ ਸਿੰਘ ਮਲਿਕ ਦਾ ਕਤਲ ਕੀਤਾ ਗਿਆ। ਦੱਸਦੇ ਕਿ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਨਾਲ ਚਰਚਾ 'ਚ ਰਹੇ ਨੇ ਰਿਪਦਮਨ ਸਿੰਘ ਮਲਿਕ ਤੇ ਵਾਰਦਾਤ ਸਮੇਂ ਆਪਣੇ ਦਫ਼ਤਰ ਦੇ ਬਾਹਰ ਸੈਰ ਕਰ ਰਹੇ ਸਨ ਜਦੋਂ ਇਹ ਕਤਲ ਹੋਇਆ। ਰਿਪਦਮਨ ਸਿੰਘ ਮਲਿਕ ਦਾ ਕਤਲ ਹੋਇਆ ਜਦੋਂ ਉਦੋਂ ਆਪਣੇ ਦਫ਼ਤਰ ਦੇ ਬਾਹਰ ਸੈਰ ਕਰ ਰਹੇ ਸਨ। ਹਾਲਾਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਾਂਚ ਚੱਲ ਰਹੀ ਹੈ। ਕੈਨੇਡਾ ਦੀ ਸਰੀ ਪੁਲਿਸ ਹੈ ਜਿਹੜੀ ਉਹ ਇਸ ਦੀ ਜਾਂਚ ਪੜਤਾਲ 'ਚ ਜੁਟੀ ਹੋਈ ਹੈ। ਇੰਨੀ ਜਾਣਕਾਰੀ ਫਿਲਹਾਲ ਦੀ ਜ਼ਰੂਰ ਮਿਲੀ ਹੈ ਕਿ ਬਹੁਤ ਨਜ਼ਦੀਕ ਤੋਂ ਗੋਲੀ ਮਾਰੀ ਗਈ। ਸੋ ਨਜ਼ਦੀਕ ਤੋਂ ਕਾਫੀ ਗੋਲੀ ਮਾਰੀ ਗਈ ਹੈ, ਇਹ ਖਬਰ ਜ਼ਰੂਰ ਹੁਣ ਤੱਕ ਮਿਲ ਰਹੀ ਹੈ। ਅੱਗੇ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਜਾਂਚ ਦਾ ਹਿੱਸਾ, ਜਾਂਚ ਜਾਰੀ ਹੈ, ਜਾਂਚ ਜੁਟੀ ਹੋਈ ਹੈ ਕੈਨੇਡਾ ਦੀ ਸਰੀ ਦੀ ਪੁਲਿਸ। ਤਾਂ ਹੁਣ ਦੇਖਣਾ ਹੋਏਗਾ ਕਿ ਇਹ ਸਾਜਿਸ਼, ਰੰਜਿਸ਼ ਜਾਂ ਫਿਰ ਕੋਈ ਹੋਰ ਮਨਸੂਬਿਆਂ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਰਦਾਰ ਰਿਪਦਮਨ ਸਿੰਘ ਹੋਰਾਂ ਦੇ ਚਲਾਣੇ ਦਾ ਪਤਾ ਲੱਗਾ, ਮਨ ਨੂੰ ਬੜੀ ਤਕਲੀਫ ਹੋਈ ਹੈ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਪੰਥ ਦੋਖੀਆਂ ਵੱਲੋਂ ਇਹ ਜਿਹੜਾ ਕਾਰਾ ਕੀਤਾ ਗਿਆ, ਇਹਦੇ ਪਿੱਛੇ ਕੀ ਵਜ੍ਹਾ ਸੀ। ਕਿਸੇ ਨਾਲ ਵੈਰ ਵਿਰੋਧ ਰੱਖਣ ਵਾਲਾ ਸ਼ਖਸੀਅਤ ਨਹੀਂ ਸੀ ਦਿਖਦੀ। ਕਿਸੇ ਨੇ ਕੋਈ ਗੱਲ ਕਹੀ ਹੈ, ਸਤ ਬਚਨ ਕਹਿ ਕੇ ਮੰਨ ਲਿਆ। ਬੇਸ਼ੱਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਉਹਨੂੰ ਛਾਪਣ ਸੰਬੰਧੀ ਉੱਥੇ ਗੱਲ ਚੱਲੀ ਸੀ। ਉਹਨੂੰ ਕਹਿੰਦੀ ਉੱਥੇ ਕੰਮ ਹੋਣਾ ਚਾਹੀਦਾ, ਮਹਾਰਾਜ ਦੇ ਸਰੂਪ ਸਾਰਿਆਂ ਨੂੰ ਮਿਲਣੇ ਚਾਹੀਦੇ ਨੇ। ਪਰ ਇਹ ਨਹੀਂ ਹੈ ਕਿ ਕਿਹਨੂੰ ਸੇਵਾ ਦੇਣੀ ਹੈ, ਸ਼੍ਰੋਮਣੀ ਕਮੇਟੀ ਨੇ ਕਿਹਨੂੰ ਨਹੀਂ ਦੇਣੀ। ਇਹ ਜੀ ਸ਼ਖਸੀਅਤ ਦਾ ਜਾਣਾ ਕੌਮ ਦੇ ਲਈ ਬਹੁਤ ਵੱਡਾ ਨੁਕਸਾਨ ਹੋਇਆ। ਅਤੇ ਘਟਨਾ ਤੋਂ ਬਾਅਦ ਰਿਪਦਮਨ ਸਿੰਘ ਮਲਿਕ ਦੇ ਬੇਟੇ ਜਸਪ੍ਰੀਤ ਸਿੰਘ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਸੋ ਫੇਸਬੁੱਕ 'ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੋ ਉਹਨਾਂ ਦੇ ਪੁੱਤਰ ਜਸਪ੍ਰੀਤ ਸਿੰਘ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਸੋ ਜੇਕਰ ਥੋੜ੍ਹਾ ਜਿਹਾ ਕੁ ਉਹਨਾਂ ਦੀ ਜੀਵਨ ਪ੍ਰਤੀ ਝਾਤ ਮਾਰੀਏ, ਅਤੇ ਰਿਪਦਮਨ ਸਿੰਘ ਮਲਿਕ ਸਤਨਾਮ ਐਜੂਕੇਸ਼ਨ ਸੁਸਾਇਟੀ ਆਫ ਦੇ ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਸੇਵਾਵਾਂ ਨਿਭਾਈਆਂ ਨੇ। ਅਤੇ ਨਾਲ ਹੀ ਜੇਕਰ ਗੱਲ ਕੀਤੀ ਜਾਏ ਤਾਂ 2005 ਦੇ ਵਿੱਚ ਜਿਹੜਾ ਬੰਬ ਬਲਾਸਟ ਮਾਮਲਾ ਸੀ ਉਸ ਦੇ ਵਿੱਚ ਬਰੀ ਹੋਏ ਸਨ। ਅਤੇ 1972 ਦੇ ਵਿੱਚ ਕੈਨੇਡਾ ਗਏ, ਉੱਥੇ ਜਾ ਕੇ ਸ਼ੁਰੂਆਤ ਕੀਤੀ ਆਪਣੇ ਅੱਗੇ ਦੇ ਜੀਵਨ ਦੀ। ਅਤੇ 1986 ਤੋਂ ਖਾਲਸਾ ਸਕੂਲ ਵੀ ਚਲਾ ਰਹੇ ਸਨ। ਸੋ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਨਾਲ ਚਰਚਾ 'ਚ ਆਏ ਰਿਪਦਮਨ ਸਿੰਘ ਮਲਿਕ, ਹਾਲਾਂਕਿ 2005 ਦੇ ਵਿੱਚ ਉਹ ਇਸ ਮਾਮਲੇ ਦੇ ਵਿੱਚ ਬਰੀ ਵੀ ਹੋਏ ਸਨ। ਅਤੇ ਪਿਛਲੇ ਛੇ ਮਹੀਨੇ ਪਹਿਲਾਂ ਉਹ ਇੰਡੀਆ ਆਏ ਸਨ, ਅਤੇ ਹੁਣ ਅਚਾਨਕ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੋ ਜਾਂਚ ਜਾਰੀ ਹੈ, ਕੈਨੇਡਾ ਦੇ ਸਰੀ ਦੀ ਜਿਹੜੀ ਪੁਲਿਸ ਹੈ ਉਹ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਜੁਟੀ ਹੋਈ ਹੈ। ਜਾਂਚ ਚੱਲ ਰਹੀ ਹੈ, CCTV ਫੁਟੇਜ ਦੇਖੀ ਜਾ ਰਹੀ ਹੈ ਨਜ਼ਦੀਕ ਦੀ। ਅਤੇ ਉਸਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਹਿਮ ਜਾਣਕਾਰੀ ਵੀ ਮਿਲ ਸਕਦੀ ਹੈ। ਸੋ ਦੱਸਦੀਏ ਕਿ ਸਰੀ ਸ਼ਹਿਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਵਿੱਚ ਵੀ ਕਿਤੇ ਨਾ ਕਿਤੇ ਚਰਚਾ ਹੋਈ ਰਿਪਦਮਨ ਸਿੰਘ ਮਲਿਕ ਦੀ, ਤਾਂ ਉਸ ਤੋਂ ਬਾਅਦ ਕਾਫੀ ਹਰਾਸ਼ਮੈਂਟ ਵੀ ਉਹਨਾਂ ਦਾ ਸਾਹਮਣਾ ਕਰਨਾ ਪਿਆ ਹਰਾਸ਼ਮੈਂਟ ਦਾ। ਅਤੇ 2005 ਦੇ ਵਿੱਚ ਉਹ ਇਸ ਮਾਮਲੇ ਦੇ ਵਿੱਚ ਬਰੀ ਵੀ ਹੋ ਗਏ ਸਨ। ਅਤੇ ਉੱਘੀ ਸ਼ਖਸੀਅਤ, ਸਿੱਖੀ ਦਾ ਕਾਫੀ ਪ੍ਰਚਾਰ ਕੀਤਾ ਰਿਪਦਮਨ ਸਿੰਘ ਮਲਿਕ ਹੋਰਾਂ ਨੇ, ਅਤੇ ਵਪਾਰ ਖਿੱਤੇ ਦੇ ਵਿੱਚ ਵੀ ਚੰਗਾ ਨਾਮਣਾ ਖੱਟਿਆ ਰਿਪਦਮਨ ਸਿੰਘ ਮਲਿਕ ਨੇ। ਅਤੇ ਉਹਨਾਂ ਦਾ ਅਚਾਨਕ ਕਤਲ ਹੋ ਜਾਣਾ, ਅਤੇ ਕਾਫੀ ਜਿੱਥੇ ਹੈ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇਕਰ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੇ ਵੀ ਦੁੱਖ ਪ੍ਰਗਟਾਇਆ। ਅਤੇ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜਾਂਚ ਬਰੀਕੀ ਦੇ ਨਾਲ ਹੋਣੀ ਚਾਹੀਦੀ ਹੈ, ਅਤੇ ਅਪੀਲ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਨੂੰ ਕਿ ਇਸ ਦੀ ਜਾਂਚ ਵੱਡੇ ਪੱਧਰ 'ਤੇ ਹੋਵੇ ਕਿ ਆਖਿਰ ਕਿਹੜੇ ਮਨਸੂਬਿਆਂ ਦੇ ਨਾਲ ਇਹ ਕਤਲ ਕੀਤਾ ਗਿਆ, ਜਾਂ ਫਿਰ ਸਾਜਿਸ਼ ਸੀ, ਜਾਂ ਫਿਰ ਕੀ ਇਹ ਜਿਹੜੀ ਸਾਰੀ ਘਟਨਾ ਦੇ ਵਿੱਚ ਜਿਹੜੀ ਇਹ ਸਾਜਿਸ਼ ਰਚੀ ਗਈ ਸੀ, ਉਸਦੀ ਜਾਂਚ ਹੋਣੀ ਚਾਹੀਦੀ ਹੈ। ਅਤੇ ਸਾਡੇ ਨਾਲ ਅਨਮੋਲ ਗੁਲਾਟੀ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਲਾਈਵ ਮੌਜੂਦ ਨੇ। ਅਨਮੋਲ, ਜੇਕਰ ਗੱਲ ਕੀਤੀ ਜਾਏ ਤਾਂ ਖਾਸ ਤੌਰ 'ਤੇ ਪ੍ਰਸਿੱਧ ਅਤੇ ਉੱਘੀ ਸ਼ਖਸੀਅਤ
रिपदमन सिंह मलिक उन्हों का कतल अचानक होना कई तरह के सवाल खड़े कर रहे हैं। जी बिल्कुल, देखो गुरप्रीत, जड़ा ये मामला सामने आया सरी तो, सरी दे विच जड़ा की है शरेआम जड़ा की है गोलियां मार के हत्या कर दी जाती है रिपुदमन सिंह की। लोग रिपुदमन सिंह काफ़ी वख वख तरीके नाल भी जानते हैं, सिखी का प्रचार काफ़ी वधिया तरीके नाल करते नज़र आए पूरी दुनिया के। उत्थे ही पिछले साल जड़ा की है एक देश के दे प्रधानमंत्री नरेंद्र मोदी को भी एक चिट्ठी लिख के उन्होंने कामों की शलाघा की गई थी। कहा गया सीगा कि जो कुछ स्टैप्स नरेंद्र मोदी देश के प्रधानमंत्री वालों चके जा रहे हैं उन्होंने शलाघा करते हैं, उस दे नाल बहुत फायदा देश नूं पहुंचूगा। लेकिन अज दी एक घटना जिहड़ी सामने आई है काफ़ी दुखद है, जिस तो बाद कितें ना कितें सिख कौम दे विच भी काफ़ी कितें ना कितें कहा जा सकता है कि इस वक्त शोक की लहर है। उत्थे ही जिस तरीके नाल हरियाणा सिख गुरुद्वारा प्रबंधक कमेटी वालों भी ये अपील की गई है, तो कितें ना कितें पूरी सिख कौम वालों देश दे विच भी अपील की जा रही है कि जिहड़े देश की गौरमेंट है, भारत सरकार है, भारत सरकार नूं इस चीज़ की एक अपील करनी चाहिए है कि निरपक्ष तौर पर जांच जिहड़ी की है वह की जाए ताकि जल्द तो जल्द दोषियों को सज़ा मिल सके। तो नाल दे नाल यह भी पता लग सके कि कई मनसूबे सीगे, किहड़े मनसूबे दे करके ये हत्या जिहड़ी की है की गई है। सरी पुलिस इस वक्त जिहड़ी की है काफ़ी ज़्यादा एक्टिव भी नज़र आ रही है, उन्होंने वालों सीसीटीवीज भी खंगाले जा रहे हैं, नाल दे नाल तमाम उन एंगल्स तो जाँच की जा रही है कि क्यों ये कतल जिहड़ा की है कीता गया, कतल करन वाले कौन सीगे। ये तमाम सवाल जिहड़े कि इन्वेस्टिगेशन के दौरान जरूर इन्हां दे खुलासे हो सकते हैं, क्योंकि काफ़ी एक वड्डी शख्सियत मने जाते सीगे रिपुदमन सिंह नाल दे नाल, क्योंकि देखो पहला जरूर एक बॉम्बिंग के मामले दे विच ना सामने आया सीगा, लेकिन उस तो बाद उस तो भी बरी होंदे नज़र आए, काफ़ी उन्होंने जिहड़ा कि इस चीज़ नूं लैके एक टॉर्चर झेलना पिया, लेकिन उसके बावजूद जिहड़े कि है जदों सारी इन्वेस्टिगेशन की गई तो उस मामले तो भी बरी होए। उस तो बाद भारत भी आए थे, भारत सरकार नू देश दे प्रधानमंत्री नू चिट्ठी लिख के उन्होंने कामों की शलाघा करना काफ़ी कहा जा सकता है कि लोगों के प्रसिद्ध सके, लेकिन हूँ यहोजी घटना जी सरी दे विच हुई है। इस तो बाद काफ़ी जिहड़े कि है सरी दे विच भी जिहड़ी सिख संगत है वह भी काफ़ी सदमे दे विच, नाल दे नाल भारत दे विच भी जिहड़े कि है देश दुनिया भर दे विच जिहड़ी सिख संगत वसदी है जो जानदी है रिपुदमन सिंह नूं उन्हां नूं जरूर इस चीज़ का सदमा है कि इहोजी शख्सियत नाल इहोजा की होया कि इन्ना वड्डा एक साजिश रची गई, तो साजिश दे तहत जिहड़ा कि है एक मर्डर कर दिता गया रिपुदमन सिंह का। हुण पुलिस वालों भी जांच की जा रही है, तो नाल दे नाल सरकारां वालों भी कितें ना कितें इस मामले ते प्रेशर पा के जरूर जांच छेती करवाई जानी चाहिए ताकि पता लग सके कि दोषी कौन सीगे ते असल दे विच मंशा की सीगी, साजिश ये क्यों रची गई। अनमोल, जेकर गल की जाए जरा एयर इंडिया बंब धमाके का मामला सामने आया, काफ़ी चर्चा के रहा इन्हों का नाम रिपुदमन सिंह मलिक होर, हालांकि 2005 बरी भी कर दिया गया कि लगता कि आने वाले समय के कितें ना कितें तारा जुड़दिया हुई देखिया जा सकती ने इस पूरे केस के नाल भी, या फिर कोई होर साजिश भी सामने आ सकती है कोई नज़दीकियां करीबियां दी। जी बिल्कुल, देखो जिहड़ा एयर इंडिया बॉम्बिंग का मामला सामने आया सीगा उस तो बाद लंबे समय तक जांच चली है, उस जांच तो बाद जिहड़ा कि है बरी हो गए सीगे, जिहड़े सबूत पेश किए गए, जिहड़े तत्थ पेश किए गए उन्होंने आधार पर रिपुदमन सिंह नूं बरी कर दिता गया सीगा। लेकिन उस तो बाद जरूर कहा जा सकता है कि अज काफ़ी साल बाद जिस तरीके दी हादसा सामने आया, इस तो बाद जरूर कहा जा सकता है कि कितना कितने तार उस दे नाल भी जुड़ते नज़र आ सकते हैं, कई मामले ने, कई चीज़ा ने, जिस तरीके नाल सिखी का प्रचार भी दुनिया भर के काफ़ी वड्डे पद्धर से कर रहे थे रिपुदमन सिंह, उसके करके भी कहा जा सकता है कि काफ़ी योजे लोग सके जिहड़े कि इस प्रचार के प्रसार तो नाखुश सके, जिस तो बाद लोग जिहड़ा कि है अज ये मामला वेखन को मिले कि सरी दे विच खुलेआम जिहड़ी कि हत्या कर दी जाती है, तो कहा जा सकता है कि काफ़ी योजे मामले जिन्हां दे नाल तार जुड़ते नज़र आ सकते, लेकिन असल दे विच किहड़ा मामला है जिहदे करके किहड़ी योजी दुश्मनी सी या किहड़ी योजी नज़दीकी सी जिहदे करके ये कतल किया गया, इन्वेस्टिगेशन का पार्ट इन्वेस्टिगेशन तो बाद ही ये तमाम चीज़ा क्लीयर होंगी नज़र आनगियां। अनमोल, कोई विदेशी सूत्रों तो कोई जानकारी मिली है कि मौका जिहड़ा मौके वारदात जिहड़ी थां है हालांकि बहुत नज़दीक तो दसा जा रहा है कि बहुत नज़दीक तो गोली मारी गई है, कोई नज़दीक की सीसीटीवी फुटेज कोई सामने आई हो गई या फिर सरी पुलिस की कोई होर अहम जानकारी सूत्रों के वाले तो फिलहाल के टाइम तक मिली होगी।
जी बिल्कुल, देखो अजे तक किसी तरीके की जानकारी तो सामने नहीं आई है, लेकिन इन्ना जरूर कहा जा सकता है कि शरेआम जी गोली मारी गई है ये शॉर्ट रेंज तो फायर जरा किया गया काफ़ी क्लोज रेंज सी जो फायर किया गया जिदे करके नुकसान भी काफ़ी होया तो मौके पर डैथ जी की रिपुदमन सिंह की हुई। साफ तौर पर कहा जाए कि जिस तरीके रिपुदमन सिंह की गल की जाए तो जरूर काफ़ी मामले यहोजे से जिन्हों के इनवॉल्व से, लेकिन जिस तरीके अज कतल किया गया इस काफ़ी जो कि हर थां ते पूरी दुनिया भर के वसदी सिख संगतों वालों जरूर इसकी जिहड़ी कि निखेधी की जा रही है ते कितना कितना एक तरीके का अपील भी की जा रही है सरी दी गवर्नमेंट नूं कि जल्द तो जल्द इस मामले ते जिहड़ी कि जांच की जाए तो दोषियों नूं सज़ा दवाई जाए। तो जेकर हरियाणा सिख गुरद्वारा प्रबंधक कमेटी के प्रधान की गलबात की जाए बलजीत सिंह दादूवाल होर ने भी अपील की है भारत सरकार को कि इसकी उच्च पदरी जी जांच करवानी चाहिए या फिर विदेश की सरकार या विदेश की पुलिस को भी इस बाबत लिखना चाहिए कि इसकी उच्च पदरी जांच होवे जांच टीम खास तौर पर इसकी जांच जुटन। जी बिल्कुल, जिस तरीके नाल सिर्फ हरियाणा सिख गुरुद्वारा प्रबंधक कमेटी नहीं बल्कि तमाम जिहड़ी सिख संगत वसदी है पूरी देश दे विच पूरी दुनिया दे विच कितना कितना हुण सारिआं वल्लों इह अपील जरूर की जा रही है कि सरकारां नूं हुण जिहड़ा की है इन्वेस्टिगेशन प्रॉपर तरीके दे नाल करनी चाहिए है जाँच जिहड़ी की है वह जल्द तो जल्द होनी चाहिए है कि पता लग सके कि दोषी सीगे कौन ते इन्हां तो इस तों अलावा कि दोषियों की मंशा की सी ये साजिश क्यों रची गई है तमाम सवाल जिहड़े की है जरूर इस वक्त सिख संगतां दे दिलां दे विच ते जरूर आने वाले दिनों के इन्वेस्टिगेशन तो बाद ये चीज़ा ये पिक्चर कितना कितने क्लीयर होंगी नज़र आऊगी। ठीक है अनमोल, बहुत बहुत शुक्रिया तुहाड़ा तमाम जानकारी की सांझ पाउण दे लई। दस्सीए कि इस पूरी घटना की हालांकि जिहड़ी जानकारी आ उन्होंने बेटे जसप्रीत सिंह होरां ने भी फेसबुक पर पोस्ट करके सांझी की है। सो तमाम तस्वीरां भी जिहड़ियां ने वो सांझे कीते गए ने उन्हां दे जीवनी दियां जदों परिवारक मैंबरां दे नाल अपना समां बिताउंदे सन। ਤਾਂ ਹੁਣ ਇੱਕ ਵੱਡਾ ਸਵਾਲ ਇਹੀ ਖੜਾ ਹੁੰਦਾ ਕਿ ਆਖਿਰ ਇਸ ਕਤਲ ਦੇ ਪਿੱਛੇ ਸਾਜ਼ਿਸ਼ ਸੀ ਜਾਂ ਫਿਰ ਕੋਈ ਹੋਰ ਪੁਰਾਣੀਆਂ ਤਾਰਾਂ ਸੀ ਜਿਹੜੀਆਂ ਹੁਣ ਜੋੜ ਕੇ ਦੇਖੀਆਂ ਜਾ ਰਹੀਆਂ ਨੇ। ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦਾ ਪਾਰਟ ਨੇ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਾਂਚ ਜਾਰੀ ਹੈ, ਦੇਖਣ ਵਾਲੀ ਗੱਲ ਰਹੇਗੀ ਕਿ ਆਖਿਰ ਕਿਹੜੇ ਮਨਸੂਬਿਆਂ ਦੇ ਤਹਿਤ ਕਤਲ ਕੀਤਾ ਗਿਆ ਜਾਂ ਇੰਨੀ ਨਜ਼ਦੀਕ ਤੋਂ ਗੋਲੀ ਮਾਰੀ ਗਈ ਤਾਂ ਉਸ ਵਕਤ ਹੋਰ ਕੌਣ ਕੌਣ ਉੱਥੇ ਮੌਕਾ ਇਹ ਵਾਰਦਾਤ 'ਤੇ ਜਿਹੜਾ ਗਵਾਹ ਮੌਜੂਦ ਹੋ ਸਕਦਾ। ਇਹ ਸਾਰੀ ਚੀਜ਼ਾਂ ਦੇਖਣ ਵਾਲੀਆਂ ਨੇ ਅਤੇ ਖਾਸ ਤੌਰ 'ਤੇ ਇਸ ਦੀ ਜਾਂਚ ਚੱਲ ਰਹੀ।